ਜਿਹੜੇ ਆਪਣੇ ਸਮਾਜ ਸੇਵੀ ਨੇ ਲੱਖਾ ਸਧਾਣਾ ਸਿਮਰਜੀਤ ਮਾਨ ਦੀ ਪਾਰਟੀ ਵੱਲੋਂ ਟਿਕਟ ਮਿਲ ਚੁੱਕੀ ਆ ਉਹਨੂੰ ਤੇ ਉਹਦੇ ਵੱਲੀ ਉਹ ਲੜੂਗਾ ਉਹ ਜੋ ਸਿਮਰਜੀਤ ਮਾਨ ਦੇ ਸਪੋਰਟਰ ਨੇ ਪਹਿਲਾਂ ਤਾਂ ਉਹਨੂੰ ਭਾਈ ਵਧਾਈਆਂ ਤੁਹਾਨੂੰ ਬਹੁਤ ਬਹੁਤ ਕਿਉਂਕਿ ਤੁਹਾਡੇ ਚ ਇੱਕ ਬੋਕ ਆ ਕੇ ਹੋਰ ਰਲ ਗਿਆ। ਹਾਂਜੀ ਕਿੱਦਾਂ ਜੀ ਪੰਜਾਬੀਓ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਠੀਕ ਠਾਕ ਹੋ? ਕੀ ਬਣਦਾ ਬਾਈ ਨਵੀਂ ਤਾਜੀ ਗੱਲਬਾਤ ਕੋਈ? ਮੈਂ ਫ੍ਰੀ ਬੈਠੇ ਸੀਗੇ, ਚੱਲ 5 ਮਿੰਟ ਦਾ ਟਾਈਮ ਸੀਗਾ, ਮਹਾ ਚੱਲ ਗੱਲਾਂ ਬਾਤਾਂ ਕਰ ਲਈਏ, ਨਵੀਂ ਤਾਜੀ ਖਬਰ ਸਾਰ ਸੁਣ ਲਈਏ ਤੇ ਬਾਕੀ ਪਤਾ ਲੱਗੇ ਗਿਆ ਹੋਣਾ ਵੀ ਆਪਾਂ ਜਿਹੜੇ ਆਪਣੇ ਸਮਾਜ ਸੇਵੀ ਨੇ ਲੱਖਾ ਸਧਾਣਾ ਸਿਮਰਜੀਤ ਮਾਨ ਦੀ ਪਾਰਟੀ ਵੱਲੋਂ ਟਿਕਟ ਮਿਲ ਚੁੱਕੀ ਆ ਉਹਨੂੰ ਤੇ ਉਹਦੇ ਵੱਲੀ ਉਹ ਲੜੂਗਾ ਉਹ ਤੇ ਜੋ ਸਿਮਰਜੀਤ ਮਾਨ ਦੇ ਸਪੋਰਟਰ ਨੇ ਪਹਿਲਾਂ ਤਾਂ ਉਹਨੂੰ ਭਾਈ ਵਧਾਈਆਂ ਤੁਹਾਨੂੰ ਬਹੁਤ ਬਹੁਤ ਕਿਉਂਕਿ ਤੁਹਾਡੇ ਚ ਇੱਕ ਬੋਕ ਆ ਕੇ ਹੋਰ ਰਲ ਗਿਆ। ਬੋਕ ਮੈਂ ਕਿਉਂ ਕਹਿੰਦਾ, ਆਉਣ ਵਾਲੇ ਟਾਈਮ ਦੇ ਵਿੱਚ ਇੱਕ ਵੀਡੀਓ ਬਣਾਵਾਂਗੇ ਪ੍ਰੋਪਰ ਇਹ ਸਬਜੈਕਟ ਦੇ ਉੱਤੇ ਵੀ ਸਿਮਰਜੀਤ ਜਿਹੜਾ ਮਾਨ ਆ ਨਾ, ਠੀਕ ਆ ਵੀਰੇ, ਸਿਮਰਨ ਸੀਟ ਜਿਹੜਾ ਸਿਮਰਜੀਤ ਮਾਨ ਆ ਉਹਨੇ ਅੱਜ ਤੱਕ ਨਾ ਮੇਰੇ ਹਿਸਾਬ ਨਾਲ ਤਾਂ ਉਹਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਆ ਕਿਉਂਕਿ ਉਹ ਹੁਣ ਉਹ ਚੀਜ਼ ਦੇ ਲਾਇਕ ਨਹੀਂ ਰਿਹਾ। ਇੱਕ ਪਾਸੇ ਤਾਂ ਆਪਣੇ ਆਪ ਨੂੰ ਉਹ ਕਹਿੰਦਾ ਜੀ ਅਸੀਂ, ਜਿਵੇਂ ਪਹਿਲਾਂ ਮੈਂ ਰਿਪੀਟ ਕਰਦਾ, ਪੁਰਾਣੇ ਜਿਹੜੀਆਂ ਮੇਰੀਆਂ ਵੀਡੀਓ ਨੇ ਹਮੇਸ਼ਾ ਹੀ ਟਿਕਟੋਕ ਤੇ ਬਣੀਆਂ ਵੀ ਹੋਈਆਂ ਨੇ ਤੇ ਫੇਸਬੁੱਕ ਉੱਤੇ ਵੀ ਬਹੁਤ ਪਈਆਂ ਨੇ ਵੀਡੀਓਆਂ, ਜਿਹਦੇ ਵਿੱਚ ਇਹ ਗੱਲ ਕਰਦੇ ਹੁੰਦੇ ਸੀਗੇ ਵੀ ਭਾਈ ਸਾਡਾ ਜਿਹੜਾ ਬੰਦਾ ਜਿਹੜੇ ਇਹਦੇ ਸਪੋਰਟਰ ਨੇ ਉਹਨਾਂ ਦੇ ਮੇਰੇ ਕੋਲ ਮੈਸੇਜ ਵੀ ਪਏ ਨੇ ਜਿਹੜੇ ਬਾਹਰਲੇ ਮੁਲਕਾਂ ਚ ਬੈਠੇ ਨੇ, ਜਿਵੇਂ ਕਹਿੰਦੇ ਵੀ ਜਿਹਨਾਂ ਨੂੰ ਜਿਹੜੇ ਲੋਕਾਂ ਨੂੰ ਸਿਮਰਜੀਤ ਮਾਨ ਨੇ ਪੱਕੇ ਕਰਾਇਆ ਲੋਕਾਂ ਨੂੰ ਬਾਹਰਲੀਆਂ ਕੰਟਰੀਆਂ ਦੇ ਵਿੱਚ, ਉਹ ਚਾਹੇ ਕੈਨੇਡਾ ਹੋਵੇ ਚਾਹੇ ਅਮਰੀਕਾ ਹੋਵੇ ਚਾਹੇ ਹੋਰ ਕੰਟਰੀਆਂ ਹੋਣ, ਜਿਹਨਾਂ ਨੂੰ ਬੁਰਕੀ ਸਿੱਟੀ ਹੋਈ ਆ ਉਹ ਤੇਰੀ ਸਪੋਰਟ ਕਰਨਗੇ ਪਰ ਪੈਸੇ ਵੀ ਉਹਨਾਂ ਨੇ ਦਿੱਤੇ। ਚਲੋ ਠੀਕ ਆ, ਉਹ ਪੂਜਦੇ ਨੇ ਇਹਨੂੰ, ਭਾਈ ਪੂਜੋ, ਤੁਹਾਡਾ ਬਣਦਾ। ਮੇਰਾ ਸਿਰਫ ਕਹਿਣ ਦਾ ਮਤਲਬ ਸਿਰਫ ਇੱਕੇ ਆ ਵੀ ਹੁਣ ਲੱਖੇ ਸਧਾਣੇ ਨੂੰ ਤੁਸੀਂ ਕੀ ਨਾਮ ਦਓਗੇ? ਦੇਖੋ ਨਾ ਤਾਂ ਉਹ, ਪਹਿਲਾਂ ਤਾਂ ਸਿਮਰਜੀਤ ਮਾਨ ਦੀ ਆਪਾਂ ਗੱਲ ਕਰ ਲਈਏ, ਜਿਹੜੀ ਸਿਮਰਜੀਤ ਮਾਨ ਦੀ ਪਾਰਟੀ ਆ ਜਾਂ ਸਿਮਰਜੀਤ ਮਾਨ ਖੁਦ ਆਪ ਪ੍ਰਧਾਨ ਆ ਪਾਰਟੀ ਦਾ, ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਕੰਮ ਜਿਹੜਾ ਲੱਖੇ ਨੂੰ ਇਹਨਾਂ ਨੇ ਆਪਣੇ ਵਿੱਚ ਸ਼ਾਮਲ ਕਰਕੇ ਉਹਨੂੰ ਟਿਕਟ ਦਿੱਤੀ ਆ, ਇਹ ਕਰਨੀ ਨਹੀਂ ਚਾਹੀਦੀ। ਕਿਉਂਕਿ ਜੇ ਦੀਪ ਸਿੱਧੂ ਬਾਰੇ ਆਪਾਂ ਸਾਰਿਆਂ ਨੂੰ ਪਤਾ ਵੀ ਦੀਪ ਸਿੱਧੂ ਨੇ ਸਿਮਰਜੀਤ ਮਾਨ ਨਾਲ ਉਹ ਅਟੈਚ ਹੋਇਆ ਸੀਗਾ ਤੇ ਉਹਨੇ ਬੜੀ ਸਪੋਰਟ ਕੀਤੀ ਆ ਇਹਦੀ, ਆਪਣੇ ਸਿਮਰਜੀਤ ਮਾਨ ਦੀ, ਪਰ ਇਹ ਬੰਦਾ ਸਪੋਰਟ ਦੇ ਲਾਇਕ ਨਹੀਂ ਸੀਗਾ ਪਰ ਫਿਰ ਵੀ ਸਪੋਰਟ ਕਰ ਗਿਆ ਉਹ। ਹੁਣ ਦੇ ਟਾਈਮ ਦੇ ਵਿੱਚ ਬਹੁਤ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਹੋਣੀਆਂ ਨੇ। ਇੱਕ ਪਾਸੇ ਤਾਂ ਲੱਖਾ ਆਪਣੇ ਆਪ ਨੂੰ ਉਹ ਕਹਿੰਦਾ ਮੈਂ ਪੰਥਕ ਨਹੀਂ ਹੈਗਾ, ਮੈਂ ਪੰਜਾਬੀ ਆ, ਇਹ ਸਾਰੇ ਬਿਆਨ ਦੇ ਰਿਹਾ। ਦੀਪ ਸਿੱਧੂ ਦੇ ਉਲਟ ਰਿਹਾ ਉਹ, ਦੀਪ ਸਿੱਧੂ ਦੁਆਰਾ ਉਹਨੂੰ ਬਿਆਨ ਦਿੱਤੇ ਗਏ ਨੇ ਉਹਦੇ, ਜਿਹੜੇ ਆਪਾਂ ਤਕਰੀਬਨ ਸਾਰਿਆਂ ਕੋਲ ਪਏ ਹੋਣਗੇ, ਲੋਕਾਂ ਨੇ ਦੇਖ ਲਏ ਹੋਣਗੇ ਕਿ ਦੀਪ ਸਿੱਧੂ ਬਾਰੇ ਕੀ ਬੋਲਦਾ ਸੀਗਾ ਉਹ ਜਾਂ ਕੀ ਕਹਿੰਦਾ ਸੀਗਾ ਉਹ। ਫਿਰ ਵੀ ਸਿਮਰਜੀਤ ਮਾਨ ਨੇ ਉਹ ਬੰਦੇ ਨੂੰ ਸਿਲੈਕਟ ਕੀਤਾ। ਪੁਰਾਣੀਆਂ ਵੀਡੀਓ ਮੇਰੀਆਂ ਚੱਕ ਲਿਓ, ਹਲੇ ਵੀ ਬਣੀਆਂ ਹੋਈਆਂ ਨੇ, ਟਿਕਟੋਕ ਦੇ ਉੱਤੇ ਵੀ ਪਈਆਂ ਨੇ, ਉਹ ਮੈਂ ਸ਼ੇਅਰ ਵੀ ਕਰ ਦੂੰ ਕਿਉਂਕਿ ਇੰਡੀਆ ਵਿੱਚ ਟਿਕਟੋਕ ਚੱਲਦੀ ਨਹੀਂ ਹੈਗੀ, ਉਹ ਮੈਂ ਲੈ ਕੇ ਰੱਖ ਦੂੰ ਜਿਹੜੀਆਂ ਪਿਛਲੇ ਸਾਲ ਦੀਆਂ ਬਣੀਆਂ ਹੋਈਆਂ ਨੇ, ਜਿਹਦੇ 'ਚ ਮੈਂ ਕਹਿੰਦਾ ਹੁੰਦਾ ਸੀਗਾ ਵੀ ਜਿਹੜਾ ਸਿਮਰਜੀਤ ਸਿੰਘ ਮਾਨ ਆ ਇਹ ਬੰਦਾ ਜੇ ਪੂਰੀ ਹੈ ਨਾ ਏ ਟੂ ਜੈਡ ਤੱਕ ਦਾ ਸੁਨੀਰ ਤੁਸੀਂ ਸੁਨਹਿਰੀ ਉਹ ਦੇਖੋਗੇ ਨਾ, ਸਭ ਤੋਂ ਬੜਾ ਗੱਦਾਰ ਬੰਦਾ ਇਹ ਨਿਕਲਦਾ। ਤੇ ਕਈ ਲੋਕ ਅਨਪੜ੍ਹ ਲੋਕ ਜਿਹੜੇ ਨੂੰ ਕਹਿੰਦੇ ਵੀ ਸਿਮਰਜੀਤ ਮਾਨ ਨੇ ਕੌਮ ਪਿੱਛੇ ਆਪਣੇ ਨੌਂ ਖਚਾਲੇ, ਆਪਣੇ ਤੇ ਇਹਨੇ ਇੰਨਾ ਕੁਛ ਕਰਾ ਲਿਆ, ਵੀ ਤੁਸੀਂ ਕਿਉਂ ਨੀ ਗੱਲ ਸਮਝਦੇ? ਮੈਂ ਦੁਬਾਰ ਚ ਫੇਰ ਕਹਿੰਦਾ ਵੀ ਚੱਕ ਲਿਆ ਪ੍ਰੂਫ ਚੱਕ ਲਿਆ ਵੀ ਜਿੱਥੇ ਸਿਮਰਜੀਤ ਮਾਨ ਨੇ ਆਪਣੇ ਪੈਰਾਂ ਦੇ ਨੌਂ ਖਚਾਏ ਹੋਏ ਨੇ। ਹੋ ਸਕਦਾ ਬਿਮਾਰੀ ਹੋਵੇ, ਖਾਨਦਾਨੀ ਬਿਮਾਰੀ ਹੋਵੇ, ਇਹ ਬੰਦਾ ਸ਼ੁਰੂ ਤੋਂ ਗੱਦਾਰ ਰਿਹਾ। ਜੇ ਇਹ ਬੰਦਾ ਆਪਣਾ ਸਟੈਂਡ ਲੈ ਲੈਂਦਾ ਨਾ, ਜੇ ਬੰਦਾ ਆਪਣਾ ਸਟੈਂਡ ਲੈਂਦਾ ਤਾਂ ਅੱਜ ਸਿੱਖ ਕੌਮ ਨੂੰ ਇਹ ਚੀਜ਼ਾਂ ਦੇਖਣੀਆਂ ਨਹੀਂ ਪੈਣੀਆਂ ਸੀਗੀਆਂ।
ਹੁਣ ਆਉਣ ਵਾਲੇ ਯੂਥ ਨੂੰ ਪਤਾ ਕੀ ਸੁਨੇਹਾ, ਸੁਣ ਲਓ। ਪਹਿਲਾਂ ਤਾਂ ਤੁਸੀਂ ਜਦ ਥੋੜ੍ਹੇ ਜਿਹੇ ਬੜੇ ਹੋ ਗਏ ਨਾ, ਆਪਣੀ ਸੋਝੀ ਦੇ ਵਿੱਚ ਆ ਗਏ, ਡਾਕੇ ਮਾਰਿਓ, ਲੋਕਾਂ ਦੇ ਘਰਾਂ ਦੇ ਮੁੰਡਿਆਂ ਨੂੰ ਮਰਾ ਦਿਓ, ਕਿਸੇ ਪ੍ਰਚਾਰਕ ਜਿਹੜਾ ਪ੍ਰਚਾਰ ਕਰਦਾ ਧਰਮ ਦਾ ਉਹਨੂੰ ਮਾਰ ਦਿਓ, ਉਸ ਤੋਂ ਬਾਅਦ ਸਿਮਰਜੀਤ ਮਾਨ ਵਰਗੀ ਪਾਰਟੀ ਦੇ ਵਿੱਚ ਜਾ ਕੇ ਐਂਟਰ ਹੋ ਜਾਓ, ਤੁਹਾਨੂੰ ਐਟੋਮੈਟਿਕ ਟਿਕਟ ਮਿਲ ਜਾਣੀ ਆ ਐਟੋਮੈਟਿਕਲੀ। ਆਹ ਗੱਲਾਂ ਤੋਂ ਬਿਲਕੁਲ ਸਿਮਰਜੀਤ ਮਾਨ ਬਿਲਕੁਲ ਕਲੀਅਰ ਹੋ ਗਿਆ ਵੀ ਉਹ ਬੰਦੇ ਨੂੰ ਕੌਮ ਦਾ 1% ਮਤਲਬ ਨਹੀਂ ਹੈਗਾ। ਹੁਣ ਚਾਹੇ ਬਿਸ਼ੱਕ ਜੀ ਤੁਸੀਂ ਲੜੀ ਜਾਓ, ਤੁਹਾਡੇ ਮਿਰਚਾਂ ਲੜਨ, ਸਾਨੂੰ 1% ਮਤਲਬ ਨਹੀਂ ਹੈਗਾ, ਕਿਉਂਕਿ ਅਸੀਂ ਤੁਹਾਡੇ ਵਾਂਗੂ ਭੇਡਾਂ ਨਹੀਂ ਹੈਗੀਆਂ। ਇਹ ਚੀਜ਼ਾਂ ਬਹੁਤ ਚਿਰ ਦੇ ਕਹਿੰਦੇ ਆਉਂਦੇ ਆ ਵੀ ਸਿਮਰਜੀਤ ਮਾਨ ਦਾ ਸਿਸਟਮ ਗਲਤ ਆ, ਉਹਦਾ ਸਿਸਟਮ ਗਲਤ ਆ, ਉਹ ਬੰਦਾ ਨਹੀਂ ਹੈਗਾ ਚੱਜ ਦਾ ਬੰਦਾ ਉਹ, ਪਰ ਭੇਡਾਂ ਮੰਨਣ ਨੂੰ ਤਿਆਰ ਹੀ ਨਹੀਂ। ਥੱਲੇ ਕਮੈਂਟ ਦੇਖੋ ਕਿਹੋ ਜਿਹੇ ਹੁੰਦੇ ਨੇ। ਹੁਣ ਆਉਣਗੇ ਜੀ ਬੰਦੀ ਸਿੰਘ ਬਾਹਰ, ਹੁਣ ਲੱਖਾ ਕਰੂਗਾ ਜੀ ਬੰਦੀ ਸਿੰਘਾਂ ਦੀ ਗੱਲ। ਬੇਵਕੂ ਬੰਦੇ ਹੋ, ਜਿਹੜੇ ਵਿਧਾਨ ਸਭਾ ਜਿਹੜੇ ਪਾਰਲੀਮੈਂਟ ਹਾਊਸ ਦੇ ਵਿੱਚ ਸਿਮਰਜੀਤ ਮਾਨ ਵਰਗੇ ਪ੍ਰਧਾਨ ਨੂੰ ਨਹੀਂ ਬੋਲਣ ਦਿੰਦੇ, ਲੱਖਾ ਉੱਥੇ ਜਾ ਕੇ ਕੀ ਪੱਟ ਲੂ ਉਹਨਾਂ ਦਾ। ਫਿਰ ਇਹ ਬੰਦਾ ਚੱਕ ਲਿਓ ਪੁਰਾਣੀਆਂ, ਕਿਉਂ ਕਹਿੰਦਾ ਮੈਂ ਵੀ ਕੋਈ ਖਾਲਸਾ ਜਰਨੈਲ ਭਿੰਡਰ ਵਾਲੇ ਨਾਲ, ਮੈਨੂੰ ਇਹਦੀ ਫੋਟੋ ਦਿਖਾ ਦਿਓ, ਕੋਈ ਗੁਰਦੇਵ ਸਿੰਘ ਕੌਂਕੇ ਨਾਲ ਫੋਟੋ ਦਿਖਾ ਦਿਓ, ਕਦੇ ਇਹ ਵੀ ਦਿਖਾ ਦਿਓ ਵੀ ਭਾਈ ਇਹਨੇ ਪਾਰਲੀਮੈਂਟ ਚ ਜਾ ਕੇ ਗੁਰਦੇਵ ਸਿੰਘ ਦੇ ਕੌਂਕੇ, ਗੁਰਦੇਵ ਸਿੰਘ ਕੌਂਕੇ ਦੇ ਕੇਸ ਦਾ, ਜਾਂ ਮੰਨ ਲਓ ਵੀ ਜਾਣੀ ਕਿ ਖਾਲਸਾ ਭਿੰਡਰ ਵਾਲੇ ਦੇ ਕੇਸ ਦਾ ਜਾਂ 84 ਦੇ ਕੇਸ ਦਾ ਇਹਨੇ ਕੋਈ ਮਤਲਬ ਚੱਕਿਆ ਹੋਊ। ਪਰ ਕਈ ਬੇਵਕੂਫ ਅਨਪੜ੍ਹ ਲੋਕ ਜਿਹਨਾਂ ਨੂੰ 1% ਨੌਲੇਜ ਨਹੀਂ ਪੰਥ ਦੀ, ਉਹ ਆ ਕੇ ਕਹਿੰਦੇ ਨੇ ਜੀ ਇਹ ਸਾਡਾ ਪੰਥਕ ਬੰਦਾ, ਕਿੰਨੇ ਮੁੰਡੇ ਮਰਾਤੇ, ਕਿੰਨੇ ਜੇਲ੍ਹਾਂ ਚ ਫਸਾਤੇ, ਕੁਛ ਹੋਇਆ ਇਹਨੂੰ? ਕਾਲੇ ਧਨੌਲੇ ਦਾ ਕੇਸ ਵੀ ਇਹਦੇ ਨਾਲ ਜੁੜਦਾ, ਉਹਨੂੰ ਵੀ 307 ਦੇ ਵਿੱਚ ਇਨਕਾਊਂਟਰ ਕਰਕੇ ਮਾਰਤਾ, 307 ਦਾ ਪਰਚਾ ਲੱਖੇ ਉੱਤੇ ਆ, ਇਹਨੂੰ ਤਾਂ ਕਦੇ ਕੋਈ ਇਨਕਾਊਂਟਰ ਕਰਦਾ ਹੀ ਨਹੀਂ। ਫਿਰ ਇੱਕ ਪਾਸੇ ਲੱਖਾ ਕਹਿੰਦਾ ਵੀ ਭਾਈ ਮੈਂ ਜਾਂ ਤਾਂ ਸਿਮਰਜੀਤ ਮਾਨ ਲੱਖੇ ਤੋਂ ਖਾਲਿਸਤਾਨ ਦਾ ਨਾਰਾ ਲਵਾ ਦੇਵੇ, ਜੇ ਭਾਈ ਤੂੰ ਨਾਰਾ ਲਾ ਪੱਕਾ ਖਾਲਿਸਤਾਨੀ ਆ ਫਿਰ ਤਾਂ ਮੰਨ ਲਈਏ, ਇਹਦਾ ਮਤਲਬ ਕੀ ਕੱਢੀਏ ਅਸੀਂ ਹੁਣ? ਇਹਦਾ ਮਤਲਬ ਇਹ ਬਣਦਾ ਕੁੱਲ ਜੋੜ ਮਾਰ ਕੇ ਵੀ ਭਾਈ ਸਿਮਰਜੀਤ ਮਾਨ ਹੁਣ ਆਪਣੇ ਹੱਥ ਖੜੇ ਕਰਕੇ ਆਰਾਮ ਨਾਲ ਖੁੰਜ ਲਾ ਕੇ ਬਹਿ ਜਾਵੇ ਜਾ ਕੇ, ਇਹ ਕੀ ਕੌਮ ਨੂੰ ਕੀ ਸੇਧ ਦਿੱਤੀ ਆ ਉਹਨੇ? ਲੱਖੇ ਵਰਗੇ ਗੈਂਗਸਟਰ ਨੂੰ ਮੂਹਰੇ ਲਿਆ ਕੇ ਕੌਮ ਦੇ ਮੂਹਰੇ ਬਿਠਾਤਾ ਵੀ ਇਹਨੂੰ ਵੋਟਾਂ ਪਾਓ, ਇਹ ਕੀ ਸੇਧ ਮਿਲੀ ਇਹ? ਇਹ ਉਹੀ ਆ ਲੱਖਾ, ਇਹ ਉਹੀ ਲੱਖਾ ਜਿਹੜਾ ਦੀਪ ਸਿੱਧੂ ਨੂੰ ਗਲਤ ਬੋਲਦਾ ਸੀਗਾ, ਇਹ ਉਹੀ ਲੱਖਾ ਜਿਹਨੇ ਦੀਪ ਸਿੱਧੂ ਦੇ ਵਿਰੁੱਧ ਪੋਸਟਾਂ ਪਵਾਈਆਂ ਸੀਗੀਆਂ, ਇਹ ਉਹੀ ਲੱਖਾ ਜਿਹਨੇ ਧਰਮ ਦੇ ਪ੍ਰਚਾਰਕ, ਸਿੱਖ ਧਰਮ ਦਾ ਪ੍ਰਚਾਰਕ ਗੋਲਡੀ ਨੂੰ ਮਾਰਿਆ ਹੋਇਆ, ਇਹ ਉਹੀ ਲੱਖਾ ਜਿਹਨੇ ਕਈ ਜਿਹੜੇ ਹੁਣ ਤੱਕ ਦੇ ਨਾਲ ਦੇ ਗਰੁੱਪ ਦੇ ਬੰਦੇ ਸੀ ਉਹਨਾਂ ਦੇ ਕਈ ਬੰਦੇ ਗੱਡੀ ਚੜ੍ਹਤੇ, ਤੇ ਇਹ ਬੰਦਾ ਬਚਿਆ ਹੋਇਆ, ਇਹ ਉਹੀ ਲੱਖਾ ਜਿਹੜਾ ਲਾਸਟ ਵਾਰ ਦੇ ਵਿੱਚ ਵੀ ਇੱਕ ਪਾਸੇ ਇਹਦਾ ਜਿਹੜਾ ਦੋਹਤਾ ਆਪਣੇ ਸਿਮਰਜੀਤ ਮਾਨ ਦਾ, ਆ ਪਿਛਲੀ ਵਾਰ ਜਦ ਸੀਐਮ ਮਾਨ ਦੀ ਇਹਨਾਂ ਨੇ ਕੋਠੀ ਘੇਰੀ ਸੀਗੀ ਉੱਥੇ ਬੜਾ ਬੈਠ ਕੇ ਕਹਿੰਦਾ ਸੀ, ਹਲੇ ਵੀ ਬਿਆਨ ਪਏ ਨੇ ਮੀਡੀਆ ਦੇ ਵਿੱਚ ਵੀ ਭਾਈ ਲੱਖਾ ਸੀਐਮ ਮਾਨ ਨਾਲ ਜਾ ਕੇ ਰਲ ਗਿਆ, ਉਹੀ ਲੱਖੇ ਨੂੰ ਟਿਕਟ ਦੇ ਰਹੇ ਨੇ, ਇਹਦਾ ਕੀ ਮਤਲਬ ਕੱਢੀਏ? ਇਹ ਆ ਰਹੀ ਸਾਡੀ ਕੌਮ ਦਾ ਜਰਨੈਲ ਸਿਮਰਜੀਤ ਸਿੰਘ ਮਾਨ, ਜੇ ਹਲੇ ਵੀ ਤੁਸੀਂ ਘੁੱਦੂਆਂ ਤੁਹਾਨੂੰ ਪਤਾ ਨਹੀਂ ਲੱਗਿਆ ਨਾ ਵੀ ਭਾਈ ਇਹ ਬੰਦਾ ਕਿਵੇਂ ਦੋਗਲੀ ਰਾਜਨੀਤੀ ਖੇਲਦਾ, ਲਾਣਤਾ ਤੁਹਾਡੇ ਵਰਗੇ ਬੰਦੇ ਨੇ, ਫਿਰ ਇਹ ਹਾਲਾਤ ਬਣਾ ਤੇ ਇਹਨਾਂ ਨੇ ਪੰਜਾਬ ਦੇ,
ਉਹ ਲੋਕਾਂ ਨੂੰ ਮੂਹਰੇ ਕਰਨਗੇ ਜਿਹੜੇ ਲੋਕਾਂ ਦੇ ਸਿਰ ਦੇ ਉੱਤੇ ਕਤਲਾਂ ਦੇ ਕੇਸ, ਸਿਰ ਦੇ ਉੱਤੇ ਬੰਦਿਆਂ ਨੂੰ ਮਾਰਨ ਦੇ ਕੇਸ, ਸਿਰ ਦੇ ਉੱਪਰ ਲੋਕੀ ਡਕੈਤੀ ਜਿਹੜੀ ਆਰਦਰ ਲੁੱਟ ਮਾਰਨ ਦੇ ਕੇਸ, ਉਹ ਬੰਦਿਆਂ ਨੂੰ ਮੂਹਰੇ ਕਰਨਗੇ ਪ੍ਰੈਜੈਂਟ ਇਹ ਵੀ ਆ ਜਾਓ ਜੀ ਇਹਨੂੰ ਵੋਟਾਂ ਪਾਓ। ਹਲੇ ਵੀ ਬੈਠੇ ਕਹੀ ਜਾਂਦੇ ਨੇ ਸ਼ਾਹ ਸਿਮਰਜੀਤ ਮਾਨ ਸਾਡੀ ਕੌਮ ਦਾ ਹੀਰਾ। ਇਹ ਦੱਸੋ ਲੋਕਾਂ ਨੂੰ ਕਿਉਂ ਤੁਸੀਂ ਕਿਉਂ ਇਹ ਗੱਲਾਂ ਕਿੰਨੀਆਂ ਵੀਡੀਓ ਤੁਹਾਡੇ ਮੂਹਰੇ ਕੱਢ ਕੱਢ ਕੇ ਦਿਖਾਤੀਆਂ, ਇਹਨੂੰ ਸਵਾਲ ਪੁੱਛੋ। ਹੁਣ ਕੱਲਾ ਲੱਖੇ ਨੂੰ ਗਰਾਊਂਡ ਚੋਂ ਕੱਢ ਲਓ ਬਾਹਰ, ਸਿਮਰਜੀਤ ਮਾਨ ਨੂੰ ਸਵਾਲ ਪੁੱਛ ਲਓ ਇਹ ਵੀ ਇਹ ਸਵਾਲ ਦਾ ਜਵਾਬ ਦੇ ਵੀ ਕੀ ਸੋਚ ਕੇ ਤੈ ਬੰਦੇ ਨੂੰ ਪਾਰਟੀ 'ਚ ਟਿਕਟ ਦਿੱਤੀ ਆ, ਕੀ ਸੋਚਿਆ ਤੈ? ਬਣੀ ਕੋਈ ਲੌਜਿਕ, ਕੋਈ ਗੱਲ ਬਣੀ ਆ ਚੀਜ਼ ਦੇ ਉੱਤੇ? ਇਹ ਬਣ ਗਈ ਸਾਡੇ ਧਰਮ ਦੇ ਮੋਹਰੀ, ਇਹ ਕਰਨਗੇ ਜੀ ਖਾਲਸੇ ਦੀ ਗੱਲ। ਹੁਣ ਮਨਾ ਲਵੇ ਲੱਖੇ ਨੂੰ, ਲੱਖੇ ਦਾ ਤਾਂ ਬਿਆਨ ਆਏ ਪਏ ਨੇ ਮੀਡੀਆ ਦੇ ਵਿੱਚ, ਉਹ ਤਾਂ ਕਹਿੰਦਾ ਮੈਂ ਪੰਥ ਕੀ ਨਹੀਂ ਹੈਗਾ। ਆ ਬਾਈ ਨੇ ਕਮੈਂਟ ਕੀਤਾ, ਸਿਮਰਨ ਨੇ ਪੜ੍ਹਦਾ ਕਮੈਂਟ ਬਾਈ ਦਾ, ਕਹਿੰਦਾ ਕੱਲ ਮੈਂ ਮਨਜੀਤ ਕਰਤਾਰਪੁਰ ਦੇ ਸਵਾਲ ਕੀਤਾ, ਦੀਪ ਸਿੱਧੂ ਬਾਰੇ ਸਵਾਲ ਕੀਤਾ ਸੀ ਬਾਈ, ਮਨਜੀਤ ਕਰਤਾਰਪੁਰ ਬਲੌਕ ਕਰ ਗਿਆ। ਇਹ ਤਾਂ ਬਾਈ ਬਹੁਤ ਡੂੰਘੇ ਸਵਾਲ ਨੇ, ਇਹ ਇਹਨਾਂ ਨੂੰ ਅੱਜ ਪੁੱਛੇ, ਮਨਜੀਤ ਕਰਤਾਰਪੁਰ ਨੂੰ ਵੀ ਪੁੱਛ ਵਿਖੜਾ ਕੇ, ਜਿਹੜੇ ਹੋਰ ਉਹਦੀ ਟੋਲੀ ਦੇ ਬੰਦੇ ਨੇ ਵੀ ਜਿਹੜੇ ਆ ਜਿਹੜੇ ਤਲਵਾੜੇ ਵਰਗੇ ਨੇ ਵੀ ਹੁਣ ਜਾ ਕੇ ਸਿਮਰਜੀਤ ਮਾਨ ਦੀ ਇਹ ਸਪੋਰਟ ਕਰਨਗੇ। ਜੇ ਸਿਮਰਜੀਤ ਮਾਨ ਦੀ ਸਪੋਰਟ ਇਹ ਕਰਦੇ ਨੇ ਦੁਆਰ ਚ, ਫਿਰ ਲੱਖੇ ਨੂੰ ਉਹਨੇ ਚੁਣ ਲਿਆ, ਜੇ ਫਿਰ ਉਹਦੀ ਸਪੋਰਟ ਕਰਦੇ ਨੇ ਫਿਰ ਸ਼ਰਿਆਮੇ ਸ਼ੋਅ ਹੁੰਦੇ ਨੇ ਵੀ ਉਹ ਵੀ ਦੀਪ ਦੇ ਨਾਲ ਸਿਰਫ ਇੱਕ ਟਾਈਮ ਪਾਸ ਕਰ ਰਹੇ ਸੀ। ਹੁਣ ਮੈਨੂੰ ਆਪਣੇ ਪੰਜਾਬੀ ਜੋ ਆਪਣੀ ਕੌਮ ਆ ਸਿੱਖ ਕੌਮ, ਉਹ ਜਵਾਬ ਦੇਵੇ ਗੱਲ ਦਾ ਵੀ ਇਹਦਾ ਮਤਲਬ ਕੀ ਕੱਢੀ ਹੁਣ ਅਸੀਂ। ਕਈ ਲੋਕ ਤਾਂ ਨਾ, ਇੱਕ ਮੈਂ ਗਾਹ ਵਾਲੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰੂੰਗਾ, ਦਿਖਾਊਂਗਾ ਕੰਪਿਊਟਰ ਤੇ ਲੈ ਕੇ ਵਧੀਆ ਤਰੀਕੇ ਨਾਲ, ਜਿਹਦੇ ਵਿੱਚ ਬੰਦੇ ਕਹਿ ਰਹੇ ਨੇ ਵੀ ਆਉਣ ਵਾਲਾ ਪ੍ਰਧਾਨ ਸਿਮਰਜੀਤ ਮਾਨ ਤੋਂ ਬਾਅਦ ਲੱਖਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ, ਉਹ ਬੰਦਾ ਜਿਹਦੇ ਪਹਿਲੇ ਕੇਸ ਪਏ ਹੋਏ ਨੇ, ਇਹਨਾਂ ਨੇ ਜੀ ਦੀਪ ਸਿੱਧੂ ਦਾ ਪੂਰਾ ਫੁੱਲ ਫਾਇਦਾ ਚੱਕਿਆ, ਆ ਸਿਮਰਜੀਤ ਮਾਨ ਨੇ ਫਾਇਦਾ ਚੱਕਿਆ। ਅਖੀਰਲਾ ਬਿਆਨ ਮੀਡੀਆ ਚ ਕੇ ਮੁੱਕਰ ਗਿਆ ਇਹ, ਕਹਿੰਦਾ ਮੈਨੂੰ ਨਹੀਂ ਕਹਿੰਦਾ ਕਿਸੇ ਨੇ ਮੇਰੀ ਹੈਲਪ ਕੀਤੀ, ਨਾ ਲੋਕਾਂ ਨੇ ਮੈਨੂੰ ਦੀਪ ਸਿੱਧੂ ਤੇ ਮੂਸੇਵਾਲ ਦੇ ਕਰਤੇ ਵੋਟਾਂ ਪਾਈਆਂ ਨੇ। ਜੇ ਇੰਨਾ ਜ਼ਿਆਦਾ ਕਾਰੀਗਰ ਸੀਗਾ ਫਿਰ 20 ਸਾਲ ਜਿੱਤਿਆ ਕਦੇ ਨਹੀਂ, ਆ ਸੁਣ ਕਰ ਲਾ ਲਓ ਤੋਂ ਕੰਮ ਆਹ, ਆ ਬਿਠਾ ਕੇ ਲੱਖੇ ਨੂੰ ਕਰਤਾ ਲਾਲ ਲੱਖੇ ਦਾ ਨੇ। ਹੁਣ ਮੈਨੂੰ ਉਹ ਭੇਡਾਂ ਜਵਾਬ ਦੇਣ ਜਿਹੜੀਆਂ ਭੇਡਾਂ, ਜਦ ਮੈਂ ਪਹਿਲਾਂ ਸਿਮਰਜੀਤ ਮਾਨ ਦੇ ਉੱਤੇ ਵੀਡੀਓ ਪਾਈ ਸੀ ਅੱਜ ਤੋਂ 3 ਮਹੀਨੇ ਪਹਿਲਾਂ, ਜਦ ਟੱਪਦੇ ਸੀਗੇ ਵੀ ਸਾਡੇ ਕੌਮ ਦਾ ਹੀਰਾ ਜੀ ਇਹ, ਹੁਣ ਮੈਨੂੰ ਦੱਸ ਦਿਓ ਭਾਈ ਜੇ ਕੌਮ ਦਾ ਹੀਰਾ ਤੁਸੀਂ ਸਿਮਰਜੀਤ ਮਾਨ ਨੂੰ ਹਲੇ ਵੀ ਮੰਨਦੇ ਹੋ ਤਾਂ ਫਿਰ ਤੁਹਾਡੇ ਚ ਨਾ ਲਾਹਣ ਤੇ ਕੋਈ ਬੰਦਾ ਹੈ ਨੀ। ਹੋ ਆਉਣ ਵਾਲੀ ਟਾਈਮ ਦੇ ਵਿੱਚ ਜਿਹੜੀ ਵੀਡੀਓ ਬਣਾਵਾਂਗੇ ਹੈ ਨਾ, ਜਿਹੜੀ ਵੀਡੀਓ ਬਣਾਵਾਂਗੇ ਉਹ ਵੀਡੀਓ ਦੇ ਵਿੱਚ ਮੈਂ ਅੱਗੇ ਵੀ ਦੱਸਿਆ ਸੀਗਾ ਸਿਮਰਜੀਤ ਮਾਨ ਦਾ ਸ਼ਰਾਬ ਦੀ ਫੈਕਟਰੀ ਜੀ ਯੂਪੀ ਦੇ ਵਿੱਚ ਨਾ, ਉੱਥੇ ਹਿੱਸਾ ਇੱਕ ਕੌਮ ਦੇ ਜਿਹਨੂੰ ਤੁਸੀਂ ਕੌਮੀ ਬੰਦਾ ਕਹਿੰਦੇ ਹੋ, ਆਪਣੇ ਤਾਂ ਜਗਾੜਿਆਂ ਨੂੰ ਸੈੱਟ ਨਹੀਂ ਹੁੰਦੇ ਹੈਗੇ, ਗਾਹਾਂ ਵਾਲੇ ਬੰਦੇ ਜਗਾੜ ਸੈੱਟ ਕਰਨਗੇ। ਆ ਬਾਈ ਦਾ ਕਮੈਂਟ ਪੜ੍ਹ ਲਈ ਇੱਕ, ਉਹ ਤੋਂ ਬਾਅਦ ਫਿਰ ਆਪਾਂ ਗਾਹਾਂ ਵਾਲੀ ਵੀਡੀਓ ਬਣਾਵਾਂਗੇ। ਕਹਿੰਦਾ ਜੱਗੇ ਬਾਈ ਨੇ ਕਮੈਂਟ ਕੀਤਾ, ਕਹਿੰਦਾ ਭਰਾ ਸਿਮਰਜੀਤ ਮਾਨ ਕਾਂਗਰਸ ਦੇ ਵੋਟਾਂ ਕਰਕੇ ਪਿਛਲੀ ਵਾਰ ਜਿੱਤਿਆ ਸੀ ਸੰਗਰੂਰ, ਕਈ ਪਿੰਡ ਇਹਦੇ ਇਦਾਂ ਦੇ ਸੀ ਜਿਹਨਾਂ ਕਾਂਗਰਸ ਦੇ ਬੂਥ ਤੱਕ ਨਹੀਂ ਲਾਏ। ਮੇਰਾ ਕਮੈਂਟ ਕੱਟਿਆ ਹੋਇਆ ਵੀਰੇ ਵਿੱਚ ਅੱਧਾ, ਤੇ ਮੇਰਾ ਮੋਬਾਈਲ ਉਹ ਪੜ੍ਹ ਨਹੀਂ ਰਿਹਾ ਗਾਹਾਂ ਵਾਲਾ, ਇਹ ਆ ਗਿਆ ਪੂਰਾ।
ਤੇ ਨਹੀਂ ਰਹੇ ਮੂਸੇ ਵਾਲੇ ਕਰਕੇ ਕਾਂਗਰਸੀ ਨੇ ਵੋਟਾਂ ਮਾਨ ਨੂੰ ਪਾਈਆਂ ਸੀ। ਹੁਣ ਜੇ ਤੁਸੀਂ ਕਾਂਗਰਸੀ ਦੀ ਗੱਲ ਕਰਦੇ ਹੋ, ਜੇ ਤੁਸੀਂ ਆਹੀ ਗੱਲ ਤੇ ਉਹਨਾਂ ਸੁਖਪਾਲ ਖਹਿਰਾ ਵੀ ਕਾਂਗਰਸ ਵੱਲੋਂ ਖੜਾ ਹੁਣ ਭਾਨੇ ਆਉਣੀ ਭਾਨਾ ਲੱਖਾ ਉਹਦੀ ਟੀਮ ਉਹਦੀ ਪਾਰਟੀ ਜਿਹੜੇ ਬੋਕ ਨੇ ਸਾਰੇ ਉਹ ਹੁਣ ਉਹ ਕਰ ਦੇਣ ਜਿਹਦੀ ਸਪੋਰਟ ਮਰਜ਼ੀ। ਜੇ ਖਹਿਰੇ ਦੀ ਸਪੋਰਟ ਕਰਦੇ ਨੇ ਕਿਉਂਕਿ ਖਹਿਰੇ ਦੀ ਸਪੋਰਟ ਉਹਨੂੰ ਕਰਨੀ ਪੈਣੀ ਆ, ਫਿਰ ਸਿੱਧੂ ਮੂਸੇਵਾਲ ਦੀ ਕਿਉਂ ਨੀ ਕੀਤੀ? ਕੀ ਹੁਣ ਭਾਨਾ ਕਾਂਗਰਸ ਦੇ ਵਿੱਚ ਜਿਹੜਾ ਖੜਿਆ ਖਹਿਰਾ ਉਹਦੀ ਸਪੋਰਟ ਕਰੂਗਾ ਕਿ ਸਿਮਰਜੀਤ ਮਾਨ ਦੀ ਕਰੂਗਾ ਜਾਂ ਲੱਖੇ ਦੀ ਕਰੂਗਾ? ਸੋ ਜਿੰਨੇ ਵੀ ਇਹ ਸਾਰੇ ਬੰਦੇ ਨੇ ਹਨਾ, ਇਹ ਇਕੱਠੇ ਹੋ ਕੇ ਇੱਕ ਦੂਜੇ ਨਾਲ ਮਿਲ ਮੁੜ ਕੇ ਪੰਜਾਬ ਨੂੰ ਖਾਈ ਜਾਂਦੇ ਨੇ। ਆਪਣੇ ਬੰਦੇ ਹਲੇ ਵੀ ਉੱਠ ਕੇ ਇਹਨਾਂ ਨੂੰ ਸਵਾਲ ਨਹੀਂ ਪੁੱਛਦੇ। ਸਿਮਰਜੀਤ ਮਾਨ ਨੂੰ ਇਹ ਖੜ ਕੇ ਪੁੱਛ ਵੀ ਲੱਖਾ ਤੂੰ ਕਿਹੜੇ ਹਿਸਾਬ ਨਾਲ ਸਿਲੈਕਟ ਕੀਤਾ ਵੀ ਜਿਹੜਾ ਦੀਪ ਨੂੰ ਗਲਤ ਕਹਿਣਾ ਸੀਗਾ ਜਾਂ ਫਿਰ ਦੀਪ ਨੂੰ ਗਲਤ ਮੰਨ? ਇਹਨਾਂ ਨੂੰ ਸਿਰਫ ਆਪਣੀਆਂ ਕੁਰਸੀਆਂ ਪਿਆਰੀਆਂ ਨੇ, ਪੰਜਾਬ ਚ ਲੋਕਾਂ ਨੂੰ ਲੁੱਟਣਾ ਕਿਵੇਂ ਸਿਰਫ ਇਹੀ ਪਿਆਰ ਇਹਨਾਂ ਨੂੰ, ਹੋਰ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ। ਚੱਕ ਲਿਓ ਇਤਿਹਾਸ ਮਗਰਲਾ ਪੁਰਾਣਾ, ਆ ਪ੍ਰੀਤ ਬਾਈ ਦਾ ਕਮੈਂਟ ਪੜ੍ਹ ਲਈ, ਕਹਿੰਦਾ ਬ੍ਰਦਰ ਇਹ ਸਭ ਛਿੱਤਰਾਂ ਨੂੰ ਫਿਰਦੇ ਨੇ, ਚੇਅਰ ਨੂੰ ਫਿਰਦੇ ਨੇ। ਸਹੀ ਗੱਲ ਆ ਬਾਈ, ਇਹ ਸਾਰੇ ਕੁਰਸੀ ਵਾਲੇ ਨੇ, ਇਹ ਮੰਨਣਾ ਪੈਣਾ ਆਪਾਂ ਨੂੰ ਆਪਣੀ ਕੌਮ ਨੂੰ। ਇੱਕ ਵਾਰ ਫਿਰ ਰਿਪੀਟ ਮੈਂ ਕਰ ਦਿੰਦਾ, ਮਾਨ ਨੂੰ ਖੜਾ ਕੇ ਸਵਾਲ ਪੁੱਛੋ ਇਹ ਵੀ ਤੂੰ ਕਿਹੜੇ ਹਿਸਾਬ ਨਾਲ ਲੱਖੇ ਨੂੰ ਸਿਲੈਕਟ ਕੀਤਾ? ਜੇ ਲੱਖਾ ਸਿਲੈਕਟ ਹੋਇਆ ਤਾਂ ਫਿਰ ਦੀਪ ਸਿੱਧੂ ਗਲਤ ਆ? ਫਿਰ ਮਾਨ ਇੱਥੇ ਬੈਠ ਕੇ ਵੀ ਤੇਰਾ ਹੋਰ ਹਿਸਾਬ ਕਿਤਾਬ ਕਰੀਏ ਅਸੀਂ, ਤੈਨੂੰ ਹੋਰ ਅਸੀਂ ਹੋਰ ਭੰਡੀਏ ਵੀ ਇਹ ਸਾਡੀ ਕੌਮ ਦਾ ਬੰਦਾ ਜੀ ਇਹ ਚੰਗਾ ਬਾਈ। ਗਾਹਾਂ ਵਾਰ ਵੀਡੀਓ ਵਿੱਚ ਲਾਈਵ ਦਿਖਾ ਕੇ ਤੁਹਾਨੂੰ ਪ੍ਰੂਫ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ।